ਕੈਨੇਡਾ ਦੇ LMIA ਦੇ ਉੱਤੇ ਲੈ ਕੇ ਬਹੁਤ ਲੋਕਾਂ ਨੂੰ ਹਲੇ ਡਾਊਟ ਹੈ ਵੀ ਕੈਨੇਡਾ ਨੇ LMIAs ਬੰਦ ਕਰਤੀਆਂ ਜਾਂ ਫਿਰ ਜਿਹੜੀ ਇਹ ਕੈਪਿੰਗ ਲੱਗੀ ਹੈ ਇਹਦਾ ਮਤਲਬ ਕੀ ਹੈ। 20% ਕੈਪਿੰਗ ਦਾ ਮਤਲਬ ਹੈ ਵੀ 20% ਬੱਚੇ ਘੱਟ ਬੁਲਾਉਣਗੇ ਕਿ 20% ਵੀਜ਼ੇ ਲੱਗਣਗੇ ਜਾਂ ਕੀ ਚੱਕਰ ਹੈ। ਸੋ ਬੇਸਿਕਲੀ ਜਿਹੜੀਆਂ ਇਹ ਚੀਜ਼ਾਂ ਹੈ ਇਹ ਸਿਰਫ ਦੋ ਚੀਜ਼ਾਂ ਨੂੰ ਕਵਰ ਕਰਨ ਵਾਸਤੇ ਉਹਨਾਂ ਨੇ ਕੀਤੀਆਂ। ਪਹਿਲੀ ਚੀਜ਼ ਤਾਂ ਤੁਹਾਨੂੰ ਜਿਵੇਂ ਪਤਾ ਹੀ ਵੀ ਫਰੌਡ ਡਾਕੂਮੈਂਟ ਬਹੁਤ ਜ਼ਿਆਦਾ ਲੱਗ ਰਹੇ ਸੀਗੇ ਜਿਹੜੀਆਂ ਕੰਪਨੀਆਂ ਸੀਗੀਆਂ ਲਾਈਕ ਦ ਇੰਪਲੋਇਰਸ ਹੈ ਨਾ, ਉਹ ਹੱਦ ਤੋਂ ਵੱਧ LMIAs ਇਸ਼ੂ ਕਰ ਰਹੇ ਸੀਗੇ। ਜਿੰਨੀ ਕੈਨੇਡਾ ਦੇ ਵਿੱਚ ਰਿਕੁਆਇਰਮੈਂਟ ਨਹੀਂ ਉਦੋਂ ਵੀ ਜ਼ਿਆਦਾ ਉੱਥੇ ਵਰਕਰਸ ਆ ਰਹੇ ਸੀ, ਉਹ ਵੀ ਫੋਰਨ ਵਾਲੇ। ਤੁਹਾਨੂੰ ਪਤਾ ਉਹ ਕਿਉਂ ਜਾ ਰਹੇ ਸੀ? ਬਿਕੋਜ਼ ਆਫ ਦ ਇਨਕਮ ਪਰਪਸ, ਕਿਉਂਕਿ ਇੰਪਲੋਇਰ ਉਹਨਾਂ ਤੋਂ ਚਾਰਜ ਜ਼ਿਆਦਾ ਕਰਦਾ ਸੀ। ਹੁਣ ਜੇ ਆਪਾਂ ਗੱਲ ਕਰੀਏ ਵੀ ਇਸ ਚੀਜ਼ ਨੂੰ ਜੇ ਤੁਸੀਂ ਕਵਰ ਕਰਨਾ ਹੈ ਜਾਂ ਤੁਸੀਂ ਜੇ ਸੋਚ ਰਹੇ ਹੋ LMIA ਤੇ ਜਾਣ ਦੇ ਲਈ, ਤਾਂ ਕਿਹੜੀ ਕਿਹੜੀ ਕੈਟੇਗਰੀ ਦੇ ਉੱਤੇ ਥੋੜ੍ਹਾ ਜਿਹਾ ਰਿਸਕ ਹੈ ਜਾਂ ਫਿਰ ਤੁਸੀਂ ਕਿਹੜੀ ਪ੍ਰੋਫਾਈਲ ਇੱਥੋਂ ਕ੍ਰੀਏਟ ਕਰਕੇ ਜਾਓ ਜਿਹਦੇ ਅਕੋਰਡਿੰਗ ਤੁਹਾਡੀ ਕੱਲ੍ਹ ਨੂੰ PR ਵਧੀਆ ਪੈ ਸਕੇ, ਕਿਹੜੀ ਪ੍ਰੋਵਿੰਸ ਜ਼ਿਆਦਾ ਵਧੀਆ ਤੁਹਾਨੂੰ ਰਹਿ ਸਕਦੀ ਹੈ। ਸੋ ਗੱਲ ਕਰੀਏ ਤੁਹਾਡੀ ਪ੍ਰੋਫਾਈਲ ਦੇ ਉੱਤੇ, ਪਹਿਲਾਂ ਤਾਂ ਆਪਦੀ ਕੁਆਲੀਫਿਕੇਸ਼ਨ, ਆਪਦਾ ਮੈਰਿਟਲ ਸਟੇਟਸ, ਤੁਹਾਡੇ ਬੈਂਡ ਸਕੋਰ, ਇਹ ਬਹੁਤ ਵਧੀਆ ਲੈ ਕੇ ਜਾਇਓ ਜੇ ਤੁਸੀਂ ਉੱਥੇ ਆਪਦੀ PR ਪਾਉਣਾ ਚਾਹੁੰਦੇ ਹੋ। ਬਿਕੋਜ਼ ਐਂਡ ਆਫ ਦਾ ਡੇ ਤੁਹਾਨੂੰ ਆਪਦੇ CRS ਸਕੋਰ ਕਾਊਂਟ ਕਰਵਾਉਣੇ ਪੈਣਗੇ। 2 ਸਾਲ ਦਾ ਐਕਸਪੀਰੀਅੰਸ ਪੂਰਾ ਕਰਨ ਤੋਂ ਬਾਅਦ ਵੀ ਜੇ ਤੁਹਾਡੇ ਪੁਆਇੰਟ ਪੂਰੇ ਨਾ ਹੋਏ, ਜਿਵੇਂ ਹੁਣ ਲਾਸਟ ਕੱਟ ਆਫ ਸੀਗਾ ਜਿਹੜਾ ਇਹ 510 ਚੱਲ ਰਿਹਾ ਸੀ ਐਕਸਪ੍ਰੈਸ ਐਂਟਰੀ ਦਾ, ਸੋ ਜੇ ਤੁਸੀਂ ਉਹ ਚੀਜ਼ਾਂ ਨੂੰ ਨਹੀਂ ਮੀਟ ਕਰ ਪਾਉਂਦੇ ਤਾਂ ਮਤਲਬ ਆਬਵੀਅਸ ਹੈ ਤੁਹਾਨੂੰ ਇੰਨੇ ਪੈਸੇ ਇਨਵੈਸਟ ਕਰਨ ਤੋਂ ਬਾਅਦ ਵੀ 2 ਸਾਲਾਂ ਬਾਅਦ ਵਾਪਸ ਹੀ ਆਉਣਾ ਪਊਗਾ। ਬਿਕੋਜ਼ ਕੈਨੇਡਾ ਨੇ ਤੁਹਾਨੂੰ ਇੰਨੇ ਸੌਖੇ ਤਰੀਕੇ ਨਾਲ PR ਉੱਥੇ ਨਹੀਂ ਦੇਣੀ। 2 ਸਾਲਾਂ ਬਾਅਦ ਕੀ LMIAs ਅੱਗੇ ਐਕਸਟੈਂਡ ਤੁਸੀਂ ਕਰ ਪਾਓਗੇ ਨਹੀਂ ਕਰ ਪਾਓਗੇ, ਕੁਛ ਇਸ ਚੀਜ਼ ਦੀ ਕਲੈਰੀਫਿਕੇਸ਼ਨ ਨਹੀਂ, ਅਗਲੀ ਸਰਕਾਰ ਹੀ ਆ ਕੇ ਦੱਸੂਗੀ ਉਹ ਕੀ ਕਰਨਗੇ ਕੀ ਨਹੀਂ। ਬਟ ਆਪਾਂ ਇੰਨੀ ਵੱਡਾ ਲਾਈਫ ਦਾ ਡਿਸੀਜਨ ਲੈਣ ਜਾ ਰਹੇ ਹਾਂ ਤੇ ਆਪਾਂ ਇੱਕ ਨਿੱਕੇ ਜੇ ਲਾਈਕ ਛੋਟੀ ਜਿਹੀ ਗੱਲ ਪਿੱਛੇ ਵੀ ਜਸਟ ਕੈਨੇਡਾ ਰੀਚ ਲੈਣੀ ਆ ਤੁਸੀਂ, ਉਹਦੇ ਪਿੱਛੇ ਤੁਸੀਂ ਐਡਾ ਵੱਡਾ ਸਟੈਪ ਨਾ ਹੀ ਚੱਕੋ ਤਾਂ ਜ਼ਿਆਦਾ ਬੈਟਰ ਹੈ। ਦੂਜੀ ਚੀਜ਼ ਹੈ ਜਿਹੜੇ ਵੀ ਬੱਚੇ ਕੋਲ ਸਕਿੱਲ ਹੈ ਨਹੀਂ, ਜਿਹੜੇ ਵੀ ਬੱਚੇ ਕੋਲ ਕੋਈ ਲਿੰਕ ਹੈ ਨਹੀਂ ਉੱਥੇ ਜਿਹੜਾ ਤੁਹਾਨੂੰ ਜਾ ਕੇ ਕੁਝ ਹੈਲਪ ਆਊਟ ਕਰ ਸਕਦਾ, ਤੁਹਾ�ੂੰ ਇਹ ਲੱਗਦਾ ਵੀ ਜਸਟ ਇੱਥੋਂ LMIA ਲੈ ਕੇ ਲੋ ਵੇਜ ਵਰਕਰ ਦੀ LMIA ਲੈ ਕੇ ਉੱਥੇ ਸਟੈਪ ਇਨ ਕਰ ਜੀਏ ਤੇ ਉੱਥੇ ਤੁਹਾਨੂੰ ਕੋਈ ਕੈਸ਼ ਤੇ ਕੰਮ ਦੇ ਦੂਗਾ, ਇਹ ਚੀਜ਼ ਉੱਥੇ ਨਹੀਂ ਹੋ ਰਹੀ। ਬਿਕੋਜ਼ ਰਿਸੈਸ਼ਨ ਬਹੁਤ ਜ਼ਿਆਦਾ ਚੱਲ ਰਿਹਾ ਹੈ, ਹਾਊਸਿੰਗ ਕ੍ਰਾਈਸਿਸ ਬਹੁਤ ਜ਼ਿਆਦਾ ਚੱਲ ਰਹੀ ਹੈ, ਤੁਸੀਂ ਇੰਨੀ ਛੇਤੀ ਜਾ ਕੇ ਘਰ ਵਗੈਰਾ ਵੀ ਈਜ਼ੀਲੀ ਮਤਲਬ ਰੈਂਟਲ ਨਹੀਂ ਤੁਹਾਨੂੰ ਮਿਲ ਸਕਦੇ। ਸੋ ਲੁੱਟਾਂ ਹੋਹਾਂ ਵੀ ਬਹੁਤ ਜ਼ਿਆਦਾ ਹੋ ਰਹੀ ਹੈ। ਸੋ ਕੈਨੇਡਾ ਜੋ ਪਹਿਲਾਂ ਸੀ ਉਹ ਨਹੀਂ ਗਾ, ਹੁਣ ਥੋੜ੍ਹੇ ਜਿਹੇ ਆਪਦੇ ਸੁਪਨਿਆਂ ਨੂੰ ਚੇਂਜ ਕਰ ਲਓ ਜਾਂ ਫਿਰ ਉਹਨੂੰ ਥੋੜ੍ਹਾ ਜਿਹਾ ਪ੍ਰਿਪੇਅਰ ਹੋ ਕੇ ਜਾਇਓ, ਖਾਸ ਕਰ ਲੜਕੀਆਂ ਜਿਹੜੀਆਂ ਵੀ ਮੇਰੀਆਂ ਭੈਣਾਂ ਜਿਹੜੀਆਂ ਚਾਹੁੰਦੀਆਂ ਕੈਨੇਡਾ ਕਿਵੇਂ ਨਾ ਕਿਵੇਂ ਪਹੁੰਚਣਾ। ਲਾਈਫ ਇਜ਼ ਨੋਟ ਦੈਟ ਈਜ਼ੀ ਜੋ ਤੁਸੀਂ ਇੱਥੋਂ ਸੋਚ ਕੇ ਜਾਓਗੇ। ਜਿਹੜਾ ਵੀ ਬੱਚਾ ਉੱਥੇ ਪਹੁੰਚ ਗਿਆ ਤੁਸੀਂ ਉਹਨਾਂ ਦੇ ਫੀਡਬੈਕ ਵੀ ਲੈ ਕੇ ਪੁੱਛ ਸਕਦੇ ਹੋ ਵੀ ਇਜ਼ ਦਾ ਲਾਈਫ ਈਜ਼ੀ ਐਜ਼ ਯੂ ਥੋਟ। ਇੰਪਲੋਇਰਸ ਨੂੰ ਜਿਨ੍ਹਾਂ ਨੂੰ ਪਹਿਲਾਂ 10 LMIAs ਦੇ ਦਿੰਦੇ ਸੀ, ਇੱਕ ਐਗਜ਼ਾਮਪਲ ਲੈ ਕੇ ਚੱਲਦੇ ਹਾਂ, 10 LMIAs ਗੌਰਮੈਂਟ ਇਸ਼ੂ ਕਰ ਦਿੰਦੇ ਸੀ ਵੀ ਠੀਕ ਹੈ ਤੁਸੀਂ ਫੋਰਨ ਕਿਸੇ ਵੀ ਕੰਟਰੀ ਦੇ ਵਿੱਚੋਂ ਵਰਕਰ ਬੁਲਾ ਸਕਦੇ ਹੋ, ਬਿਕੋਜ਼ ਤੁਹਾਨੂੰ ਕੈਨੇਡਾ ਦੇ ਵਿੱਚੋਂ ਵਰਕਰ ਨਹੀਂ ਮਿਲਿਆ। ਟਰਮਸ ਐਂਡ ਕੰਡੀਸ਼ਨਸ ਆਪਦੀਆਂ ਫੁੱਲ ਕਰਕੇ ਉਹਨਾਂ ਨੂੰ ਦਿਖਾ ਦਿੰਦੇ ਵੀ ਆਹ ਦੇਖੋ ਅਸੀਂ ਇੰਨਾ ਕੁਛ ਇੱਥੋਂ ਅਪਲਾਈ ਕਰਤਾ ਸੀ, ਸਾਨੂੰ ਇੰਡੀਆ ਤੋਂ ਕੋਈ ਵੀ ਬੰਦਾ ਉਹ ਸੋਰੀ ਕੈਨੇਡਾ 'ਚ ਕੋਈ ਵੀ ਬੰਦਾ ਨਹੀਂ ਮਿਲਿਆ, ਸੋ ਇਸ ਕਰਕੇ ਅਸੀਂ ਇੰਟਰਨੈਸ਼ਨਲ ਇੰਪਲੋਇਰ ਹਾਇਰ ਕਰਨਾ ਚਾਹੁੰਦੇ ਹਾਂ। ਸੋ ਸਰਕਾਰ ਉਹਨਾਂ ਨੂੰ ਇਸ਼ੂ ਕਰ ਦਿੰਦੀ ਸੀ LMIA, ਫਿਰ ਉਹ LMIA ਦੇ ਉੱਤੇ ਤੁਹਾਡਾ ਨਾਮ ਲਿਸਟ ਹੋ ਕੇ ਚਲੋ ਤੁਹਾਡਾ ਪ੍ਰੋਸੈਸ ਪੈ ਜਾਂਦਾ ਸੀ ਵਰਕ ਪਰਮਿਟ ਦਾ। ਹੁਣ ਉਹ ਕੀ ਸੀਨ ਹੋਣਾ ਵੀ ਉਹ ਗਵਰਨਮੈਂਟ ਨੇ ਜਿਹੜੇ ਵੀ ਬੰਦਿਆਂ ਨੂੰ ਲੋ ਵੇਜ ਵਰਕਰ ਵਾਲੇ LMIAs ਇਸ਼ੂ ਕਰਦੇ ਸੀ, 10 ਦੇ ਉੱਤੇ ਜਸਟ 20% ਹੀ ਉਹਨਾਂ ਨੂੰ ਅਲਾਉਂਸ ਦੇਣੀ ਹੈ। ਪਹਿਲਾਂ 10 ਇਸ਼ੂ ਕਰਦੇ ਸੀ, ਹੁਣ ਉਹ ਸਿਰਫ 2 ਹੀ ਇਸ਼ੂ ਕਰ ਪਾਉਣਗੇ, ਜਿਹਦੇ ਕਰਕੇ ਓਬਵੀਅਸਲੀ ਉਹ ਜਿਹੜੀਆਂ LMIAs ਤੁਹਾਨੂੰ ਪਹਿਲਾਂ ਸਸਤੀਆਂ ਮਿਲਦੀਆਂ ਸੀ ਹੁਣ ਉਹ ਮਹਿੰਗੀਆਂ ਮਿਲਣਗੀਆਂ, ਮਾਰਕੀਟ ਦੇ ਵਿੱਚ ਉਹੀ ਚੀਜ਼ਾਂ ਪਹੁੰਚ ਜਾਣਗੀਆਂ। ਦੂਜੀ ਚੀਜ਼ ਜਿਹੜੀ ਉਹਨਾਂ ਨੇ ਚੇਂਜ ਕੀਤੀ ਹੈ ਦੈਟ ਇਜ਼ ਜਿਹੜੀ ਐਪਲੀਕੇਸ਼ਨ ਚਾਰਜਸ ਸੀ LMIA ਦੇ, ਉਹ ਵੀ ਉਹਨਾਂ ਨੇ ਵਧਾਤੇ ਆ। ਕਿੰਨੇ ਵਧਾਤੇ ਕਿੰਨੇ ਹੋ ਗਏ ਹਲੇ ਉਹ ਚੀਜ਼ ਡਿਸਕਲੋਜ਼ ਨਹੀਂ ਹੋਈ, ਬਟ ਹਾਂ ਸਿੰਪਲ ਜਿਹਾ ਫੰਡਾ ਇਹ ਸਮਝਣ ਵਾਲਾ ਵੀ ਹੁਣ ਉਹ ਚੀਜ਼ਾਂ ਸੇਮ ਨਹੀਂ ਰਹੀਆਂ ਜੋ LMIAs ਪਹਿਲਾਂ ਹੁੰਦੀਆਂ ਸੀ। ਆਉਣ ਵਾਲੇ ਟਾਈਮ ਦੇ ਵਿੱਚ ਹਾਂ ਕਾਫੀ ਕਲੀਅਰ ਹੈ ਵੀ LMIAs ਕਲੋਜ਼ ਵੀ ਹੋ ਜਾਣਗੀਆਂ, ਤੁਹਾਨੂੰ LMIAs ਦੇ ਉੱਤੇ ਵੀਜ਼ਾ ਨਹੀਂ ਵੀ ਮਿਲਣਾ।
ਹੁਣ ਜਿਹੜੇ ਵੀ ਬੱਚੇ ਲੋਅ ਵੇਜ 'ਤੇ ਜਾਣਾ ਚਾਹੁੰਦੇ ਆ, ਬਿਨਾਂ ਬੈਂਡ ਸਕੋਰ ਵਾਲੇ ਬੱਚੇ ਆ ਜਿਹੜੇ ਅਪਲਾਈ ਕਰਨਾ ਚਾਹੁੰਦੇ ਆ, ਪਲੀਜ਼ ਪਹਿਲਾਂ ਹੀ ਪ੍ਰਪੇਅਰ ਹੋ ਜਾਓ, ਬਿਕੋਜ਼ ਰਿਫਿਊਜ਼ਲ ਚਾਂਸਸ ਥੋੜ੍ਹੇ ਜਿਹੇ ਵਧਣਗੇ, ਬਿਕੋਜ਼ ਜੇ ਕੈਪਿੰਗ ਲੱਗੀ ਹੈ ਤਾਂ ਕਿਸੇ ਰੀਜ਼ਨ ਕਰਕੇ ਲੱਗੀ ਹੈ, ਤਾਂ ਇਮੀਗ੍ਰੇਸ਼ਨ ਇੰਨੀ ਛੇਤੀ ਤੁਹਾਨੂੰ ਵੀਜ਼ਾ ਨਹੀਂ ਦਊਗਾ। ਆਪਦੀ ਪ੍ਰੋਫਾਈਲ ਸਟਰੋਂਗ ਕਰੋ, ਆਪਦਾ ਬੇਸ ਚੰਗਾ ਕਰਕੇ ਇੰਡੀਆ ਤੋਂ ਜਾਓ, ਤਾਂ ਕਿ ਤੁਸੀਂ ਜਾ ਕੇ ਜਿਹੜੇ ਪ੍ਰੋਵਿੰਸ 'ਚ ਜਾਓਗੇ ਉੱਥੋਂ ਦੇ ਤੁਹਾਡੇ CRS ਪੁਆਇੰਟ ਕਿੰਨੇ ਬਣਨਗੇ, ਤੁਹਾਨੂੰ ਸਾਰੀਆਂ ਚੀਜ਼ਾਂ ਦਾ ਪਤਾ ਹੋਣਾ ਚਾਹੀਦਾ। ਤੁਸੀਂ ਕਿਸੇ ਏਜੰਟ ਦੇ ਉੱਤੇ ਰਿਲਾਈ ਨਹੀਂ ਕਰਨਾ।